आए भाई थोनू वो दिखाना मैं पाठा आ बकरी की देने भीरे है नहीं कोई नहीं बारबरी दिखा वो देखी बच्चा कितना सोहना बैठा गा नाल मैं लगता वो ही होगा बाइया को अपने ने भीरे हाँ वधिया सत श्रीकाल की हाल है भीरे की मुल है भीरे केड़ा पिंड है पहले तां दसो पिंड गोठा गुरु है भीरे जिला बठिंडा बठिंडा किन्ने नाग ले कैंपरा समेत मुल वधिया करे यार ठीक जी दंदां दी किवें बकरी बड़ी ਵੱਡੀ ਯਾਰ ਮੈਂ ਤਾਂ ਦੇਖਿਆ ਨਹੀਂ ਕਿਤੇ ਮੈਂ ਤਾਂ ਅੱਜ ਵੈਸੇ ਆ ਗਿਆ ਬਾਕੀ ਬੰਦੇ ਉੱਧਰ ਗਏ ਵੇ ਆ ਮੈਨੂੰ ਤਾਂ ਇੰਨੀ ਨੌਲੇਜ ਹੈ ਨਹੀਂ ਇਹਨਾਂ ਦੀ ਜੇ 10 ਮੰਗਿਆ ਹੁਣ ਨੂੰ ਤਾਂ ਵਿੱਕੀ ਹੋਣੀ ਚਾਹੀਦੀ ਸੀ ਬਾਈ ਪਤਾ ਨਹੀਂ ਯਾਰ ਜਾਂ ਫਿਰ ਤੈਨੂੰ ਐਸਟੀਮੇਟ ਨਹੀਂ ਹੈਗਾ ਐਸਟੀਮੇਟ ਆਪਾਂ ਨਾ ਵੀਰੇ ਯਾਰ ਉੱਧਰ ਗਏ ਹੋਏ ਆ ਨਾ ਉਹਨਾਂ ਨੂੰ ਪਤਾ ਮੈਂ ਤਾਂ ਵੈਸੇ ਨਾਲ ਹੈ ਉਦਾਂ ਹੀ ਬੋਲਦਾ ਚਾਲ ਨਹੀਂ ਉਦਾਂ ਤਾਂ ਨਹੀਂ ਮਤਲਬ ਕਿ ਜਿੰਨੇ ਕਿ ਦੀ ਚੀਜ਼ ਆ ਮਤਲਬ ਇੰਨੀ ਕਿ ਦੀ ਲੱਗਦੀ ਹੈਗੀ ਆ ਉਹਨੇ ਹੀ ਦੇਣੀ ਆ ਆਪਾਂ ਕੀ ਬਾਤ ਆ ਨਹੀਂ ਹੁਣ ਬੰਦੇ ਉੱਧਰ ਚਲੇ ਗਏ ਤੇਰੇ ਹੈ ਹਾਂਜੀ ਜੇ ਤਾਂ ਇੱਥੇ ਵੇਚਤੀ ਉਹਨਾਂ ਨੇ ਆਉਂਦੇ ਨੂੰ ਕੁਝ ਕਹਿੰਦੇ ਤਾਂ ਨਹੀਂ ਐਂ ਕਿਵੇਂ ਕਹਿ ਦੇਣਗੇ ਫੇਰ ਠੀਕ ਹੈ ਸੁੰਗੜੇ ਬੈਠੇ ਨੇ ਉਹ ਜਾਨਵਰ ਠੀਕ ਨੇ ਨਾ ਯਾਰ ਆ ਪੱਠਾ ਠੰਡ ਕਰਕੇ ਹਾਂਜੀ ਇਹਦਾ ਕੀ ਮੁੱਲ ਹੈ ਵੀਰੇ ਇਹਦਾ ਵੀਰੇ 12000 ਇਹਨੂੰ ਗੋਭੀ ਦਾ ਟੋਕਾ ਪਾਇਆ ਹੋਇਆ ਗੋਭੀ ਦੇ ਬੱਚਿਆਂ ਦਾ ਗੋਭੀ ਲੱਗੀ ਹੋਈ ਨਾ ਘਰੇ ਅੱਛਾ ਲੈ ਵੀ ਗੋਭੀ ਪਵਨ ਮੋਕ ਤਾਂ ਨਹੀਂ ਲੱਗਦੀ ਨਾ ਨਾ ਅੱਛਾ ਇਹਨੂੰ ਫਿਰ ਕੱਲੀ ਨਹੀਂ ਸੁੱਟਦਾ ਨਾ ਗੋਭੀ ਨੂੰ ਸੁੱਕਾ ਨੀਰਾ ਪਾ ਦੇਈਦਾ ਬਾਅਦ ਚ ਅੱਛਾ ਹੋਰ ਕੀ ਪਾ ਦੇਣਾ ਉਹ ਜਿਵੇਂ ਉਹ ਮੱਕੀ ਦਾ ਚਾਰ ਜਾਈ ਭਾਈ ਬੱਚਾ ਚਾਰ ਹੋ ਗਿਆ ਬਰਸੀਨ ਹੋ ਗਈ ਇਹ ਕੁਛ ਵੀ ਰਲ ਮਾਰ ਰਲ ਮਾਇਆ ਕਰਕੇ ਪਾ ਦੇਣਾ ਹਾਂਜੀ ਠੀਕ ਹੈ ਇਹ ਤੇ ਲੱਗਿਆ ਕੁਛ ਮੁੱਲ ਹਲੇ ਤੱਕ ਨਹੀਂ ਲੱਗੇ ਇਹ ਤੇ ਉਹ ਤੇ ਲੱਗਦਾ ਜੀ 7-8 7-8 10000 ਮੁੱਲ ਕਰਿਆ 7-8 ਲੱਗਦਾ ਲੈ ਵੀ ਬਰਬਰੀਆਂ ਤੇ ਠੀਕ ਹੈ ਵੀਰੇ ਹੈ ਧੰਨਵਾਦ ਲੈ ਵੀ ਵਧੀਆ ਬੰਦਾ ਯਾਰ ਵਿਚਾਰਾ ਆ ਜਾਓ ਕਿਰਾ ਹੋਰ ਕੀ ਹਾਲ ਹੈ ਵੀਰੇ ਆਹ ਪੱਠ ਘੜੀ ਸੀ ਵੀਰੇ ਇਹ ਪੱਠ ਦਾ ਕੀ ਮੁੱਲ ਹੈ ਬਾਈ ਕਿਹੜੇ ਬਾਈ ਦੀ ਆ ਹਾਂਜੀ ਕੀ ਹਾਲ ਚਾਲ ਹੈ ਵੀਰੇ ਠੀਕ ਹੋ ਘਰ ਪਰਿਵਾਰ ਠੀਕ ਆ ਵਧੀਆ ਵਧੀਆ ਬਾਈ ਠੀਕ ਆ ਆਪਣੇ ਠੀਕ ਠਾਕ ਹਾਂ ਹਾਂ ਅੱਛਾ ਪੱਠ ਹੈ ਨਾ ਹਾਂਜੀ ਹਾਂਜੀ ਕੀ ਮੁੱਲ ਹੈ ਵੀਰੇ ਇਹਦਾ ਮੁੱਲ ਹੈ ਜੀ 10000 ਰੁਪਇਆ 10000 ਰੁਪਇਆ ਹਾਂਜੀ ਕਿੰਨਾ ਲੱਗਿਆ ਤੂੰ ਪਹਿਲਾਂ ਇਹਦਾ 8000 ਰੁਪਇਆ ਲੱਗਿਆ 8000 ਉਹ ਪਰ ਲੈ ਬੱਕਰੇ ਦਾ ਉਹ ਵਿਕ ਗਿਆ ਜੀ ਉਹ 10000 ਦਾ ਵਿਕ 10000 ਦਾ ਵਿਕ ਗਿਆ ਲੈ ਵੀ ਆ 10000 ਦਾ ਵਿਕ ਗਿਆ ਕੀ ਮੁੱਲ ਕਰਾਈ ਤੁਸੀਂ ਇਹਦਾ 11000 ਉਹਨਾਂ ਨੂੰ ਕੱਢ ਕੇ ਮੂੰਹ ਮੱਥਾ ਇਹ ਦਿਖਾਓ ਇਹਦਾ ਲੈ ਵੀ ਦੇਖ ਲਓ ਫੇਰ ਨਾ ਕਹੋ ਵੀ ਦੇਖਿਆ ਨਹੀਂ ਉਹ ਇਹਦਾ ਬੰਨੇ ਹੀ ਵਾਹ ਵਾਹ ਕਸੂਤਾ ਪਿਆ ਬਾਈ ਉਹ ਉਧਰੋਂ ਆ ਜਾ ਕਿਰਾ ਆ ਜਾ ਆ ਜਾ ਆ ਲੈ ਵੀ ਆ ਲੱਖੋ ਜੀ ਬਹੁਤ ਵਧੀਆ ਕਰਨਾ ਨਾਟਕ ਕਰਾਂ ਮੰਗ ਹਾਂ 2.5 ਮਹੀਨਿਆਂ ਦਾ ਦੱਸ ਦਾ ਵਿਗਿਆ ਹਾਂਜੀ ਕਿੰਨਾ ਮੁੱਲ ਕਰੇ ਸਹੀ ਤੁਸੀਂ 11000 ਹੀ ਕਹੇ ਦੱਸ ਦਾ ਵਿਗਿਆ ਹਾਂਜੀ ਆ ਠੀਕ ਆ ਬਾਈ ਉਨੇ ਹੀ ਮੁੱਲ ਕਰਿਆ ਵੀ ਜਿੰਨੇ ਦੀ ਵਿਕ ਜੇ ਉਨਾ ਹੀ ਕਰੇ ਉਹ ਪਰਲਾ ਪੱਠਾ ਕਿ ਬੱਕਰਾ ਬੱਕਰਾ ਜੀ ਉਹਦਾ ਕੀ ਮੁੱਲ ਹੈਗਾ ਉਹਦਾ 8000 ਰੁਪਇਆ 8000 ਰੁਪਇਆ ਉਹਨਾਂ ਕੀ ਮੰਗਦੇ ਆ ਬਾਈ ਜਿੰਨਾ ਕੱਪ ਦਾ ਵਿਕ ਜੇ ਹੈ ਹੋਰ ਫਾਲਤੂ ਫਿਰ ਬਾਲੇ ਮੰਗਣ ਦਾ ਕੀ ਫਾਇਦਾ ਲੱਗਿਆ ਤਾਂ ਨਹੀਂ ਉੱਤੇ ਕੁਛ ਹੁਣ ਨਹੀਂ ਉਹਦਾ ਕੁਛ ਨਹੀਂ ਲੱਗਿਆ ਆ ਨੀਰਾ ਕਿਹੜਾ ਪਾਇਆ ਹੋਇਆ ਇਹਨਾਂ ਨੂੰ ਬਾਈ ਮੂੰਗੀ ਦਾ ਜੀ ਮੂੰਗੀ ਦਾ ਮੂੰਗੀ ਦਾ ਗੁਆਰੀ ਦਾ ਤੇ ਮੂੰਗਫਲੀ ਦਾ ਇਹਨੂੰ ਮਿਕਸ ਕਰਕੇ ਪਾਇਆ ਪਾ ਦੇਣਾ ਇਹ ਹੈਗਾ ਬਾਹ ਵੱਡਾ ਆ ਨਾ ਹਾਂਜੀ ਹਾਂਜੀ ਖਾ ਜਾਣਗੇ ਇਹ ਹਾਂ ਖਾ ਲੈਂਦੇ ਆ ਮੂੰਗਫਲੀ ਦਾ ਨਾ ਵਿੱਚ ਮੂੰਗਫਲੀ ਦਾ ਹੈਗਾ ਅੱਛਾ ਕਿੰਨੇ ਨਗ ਵੇਚਤੇ 3 ਨਗ ਵੇਚਤੇ 3 ਵੇਚਤੇ ਮੁੱਲ ਲੱਗ ਹੀ ਜਾਂਦਾ ਬਾਕੀਆਂ ਦੇ ਵਿਕ ਜਾਣਗੇ ਹੋਰ ਵੀ ਹਾਂ ਸਾਰੇ ਵਿਕ ਜਾਣਗੇ ਠੀਕ ਆ ਚੰਗਾ ਵੀਰੇ ਹਾਂ ਵਧੀਆ ਓਕੇ ਅੱਜ ਚੱਲੀ ਹਾਂ ਬਾਈ ਕਿੰਨੀਆਂ ਬੱਕਰੀਆਂ ਲੈ ਆ ਬੱਕਰੀਆਂ ਖੜੀਆਂ 4-5 ਲੈ ਵੀ ਇਹ ਬੰਦੇ ਪੂਰੇ ਘੰਟ ਬੰਦੇ ਨੇਗੇ ਬੱਕਰੀਆਂ ਘੱਟ ਨੇ ਅੱਜ ਇਹਨਾਂ ਕੋਲੇ ਬੜੇ ਬੜੇ ਬੱਕਰੇ ਨੇਗੇ ਕੀ ਹਾਲ ਆ ਬਾਈ ਵਧੀਆ ਬਾਈ ਕੀ ਨਾਮ ਤੇਰਾ ਮੇਰਾ ਨਾਮ ਬੱਗਾ ਬਾਈ ਬੱਗਾ ਪਿੰਡ ਕਿਹੜਾ ਵੀਰੇ ਬੱਗੇ ਪਿੰਡ ਸਾਡਾ ਕੁੰਨਸ ਲੈ ਵੀ ਕੁੰਨਸ ਪਿੰਡ ਦਾ ਬੰਦਾ ਸੰਗ ਦਾ ਸੰਗਾਉਂਦਾ ਜ਼ਰੂਰ ਆ ਪਰ ਬੱਕਰੇ ਨੇ ਅੱਜ ਇਹਦੇ ਕੋਲੇ ਮੁੱਲ ਕੀ ਹੈ ਬੱਕਰਿਆਂ ਦਾ ਬੱਕਰੇ ਅੱਡੋ ਅੱਡਾ ਬਾਈ ਅੱਡੋ ਅੱਡ ਚੱਲ ਇਹਦਾ ਦੱਸ ਇਹਦਾ 35000 ਰੁਪਇਆ ਇਹਦਾ 35000 ਕੱਦ ਵੱਡੇ ਦਾ ਕੱਦ ਇਹਦਾ 41 ਇੰਚ ਹੋਊਗਾ ਅਜੇ ਇਕੱਲੇ ਬੱਕਰਿਆਂ ਦੀ ਇੰਨੀ ਕੁਆਂਟੀਟੀ ਕਿਵੇਂ ਲਿਆਂਦੀ ਬਾਈ ਬੱਕਰੇ ਵੇਚਣ ਵਾਲੀ ਵੇਚਦੇ ਆ ਮਾਂ ਸਿਆਲ ਦੀ ਰੋਤਾ ਅੱਛਾ ਗਰਮੀ 'ਚ ਵਿਕਦਾ ਨਹੀਂ ਨਹੀਂ ਵਿਕ ਤਾਂ ਜਾਂਦੇ ਆ ਠੀਕ ਹੈ ਚੰਗੀ ਗੱਲ ਜਾਨੂਰਾ ਮਹਿੰਗਾ ਪੈਂਦਾ ਹੁਣ ਨਹੀਂ ਇਹ ਬਰੀਡਰ ਨੇ ਖੱਸੀ ਨੇ ਬਰੀਡਰ ਨੇ ਬਾਈ ਬਰੀਡਰ ਨੇ ਕਿੰਨੀ ਖੁਰਾਕ ਖਾਂਦਾ ਹੋਊਗਾ ਇਹ ਅੜੜੇ ਬੱਕਰੇ ਖੁਰਾਕ ਤਾਂ ਬਸ 2 ਕਿਲੋ ਨੀਰਾ ਖਾਂਦੇ ਬਾਈ
ਦਾਣੇ ਵੀ ਖਾਂਦੇ ਹੋਣੇ? ਦਾਣੇ ਵੀ ਖਾਂਦੇ ਆ ਤਾਂ ਫਿਰ ਦਾਣੇ ਉਹਨੇ ਪੈਂਦੇ ਕਿਲੋ ਕਿਲੋ ਦੋ ਦੋ ਕਿਲੋ ਖਾਂਦੇ ਆ ਤਾਂ ਮੱਕੀ ਮੁੱਕੀ ਪਾਈ ਦੇ ਆ ਨਾ। ਠੀਕ, ਐਂ ਤਾਂ ਜੇ ਇਹਨਾਂ ਨੂੰ ਹੋਰ ਵਧਾ ਦੇ ਆ। ਹਾਂ ਇਹ ਤਾਂ 6 ਵਾਦੇ ਨਾਲ ਆ ਬਈ ਯਾਰ। ਠੀਕ, 6 ਦਾ ਹੁੰਦਾ ਜੀ। 6 ਦਾ ਹੁੰਦਾ? ਹਾਂ ਠੀਕ ਆ। ਵਜਨ ਦਾ ਐਸਟੀਮੇਟ ਜਿਹੜਾ ਵਜਨ ਹੋਊਗਾ 80 ਕਿਲੋ 80 85 ਕਿਲੋ 80 85 ਕਿਲੋ। ਮੁੱਲ ਕੀ ਕਰੇ ਇਹਦਾ? ਮੁੱਲ ਇਹਦਾ 35। ਇਹਦਾ 35,000। ਹਾਂ ਠੀਕ ਆ। ਜਿਹੜਾ ਆ ਖੜਾ ਸ਼ੇਰਾ ਜਾ, ਹਾਂ ਇਹਦਾ ਦੇਸੀ ਅੰਗਰੇਜ਼ ਆ ਗਿਆ। ਹਾਂ ਇਹ ਆਪਾਂ ਦੇ ਦਾਂਗੇ 26-27,000। 26-27,000 ਦਾ ਦੰਦਾਂ ਦਾ ਪੂਰਾ ਗਾ ਇਹ? ਹਾਂ ਇਹ ਦੰਦ ਪੂਰੇ ਹੈ। ਠੀਕ ਹੈ। ਵਜਨ ਇਹਦੇ ਨਾਲ ਥੋੜ੍ਹਾ ਘੱਟ ਹੋਊ ਨਾ? ਘੱਟ ਹੋਊਗਾ, 80 ਕਿਲੋ ਹੋਊਗਾ। 80 ਕਿਲੋ 70 ਹੋਊਗਾ, 70 ਹੋਊਗਾ, 80 ਹੋਊਗਾ। ਸਹੀ ਗੱਲ ਆ। ਤੇ ਆਹ ਬੱਕਰੇ ਦਾ ਵਜਨ ਵਧੀਆ ਲੱਗਦਾ ਨਾ? ਇਹਨੂੰ ਕਰੀ ਉਹਨੇ ਖੱਸੀ ਤਾਂ ਨਹੀਂ ਕੋਈ ਤੇਰੇ ਕੋਲ? ਬਈ ਸਾਰੇ ਆਂਡੂ ਤੁਰਦੇ ਫਿਰਦੇ ਤਾਂ ਓਕੇ ਨੇ ਜਮਾ? ਕੋਈ ਘਾਟ ਤਾਂ ਨਹੀਂ ਤੁਰਨ ਦੀ ਇਹਨਾਂ ਨੂੰ? ਅੱਛਾ ਇਹ 6 ਦੰਦ ਆ। ਲੈ ਵੀ ਆ ਦੇਖੋ ਬਈ ਲੀਡ ਵਾਸਤੇ ਆ ਬੱਚਾ ਇਹ ਚੰਗਾ ਬਰੀਡ ਵਾਸਤੇ ਵਧੀਆ ਰਿਜ਼ਲਟ ਹੈ ਇਹਦਾ ਪੂਰਾ ਵਧੀਆ ਚੰਗੀ ਗੱਲ ਬਾਤ ਆ ਕੱਦ ਕਾਠ ਇਹਦਾ ਹੋਊਗਾ 44-42 ਇੰਚ 44-42 ਇੰਚ ਦੇ ਕਰੀਬ ਕਰੀਬ ਹੋਊਗਾ ਇਹਦਾ ਕੀ ਮੁੱਲ ਕਰਿਆ ਇਹਦਾ 40,000 ਇਹਦਾ 40,000 ਇਹ ਸੁਨੱਖਾ ਆ ਗਿਆ ਨਾ ਇਹਨਾਂ ਨਾਲੋਂ ਵੀ ਹਾਂ ਜੀ ਠੀਕ ਆ ਤੇ ਜਿਹੜਾ ਆਹ ਵੀਰੇ ਇਹ ਬੱਕਰਾ ਬਾਈ ਹੈਗਾ 44 ਇੰਚ ਐਂ ਮੰਨ ਕੇ ਚਲੋ ਵੀ ਅੱਜ ਹਾਥੀ ਜਿਹੜੇ ਜਿਹੜੇ ਬੱਕਰੇ ਲਈ ਫਿਰਦਾ ਬਾਈ 44 ਇੰਚ 44 ਇੰਚ ਦਾ ਬੱਕਰਾ ਕੁਇੰਟਲ ਤਾਂ ਹੋਊਗਾ ਨਾ ਇਹਦਾ ਕੁਇੰਟਲ ਹੋਊਗਾ ਹੋਊਗਾ ਨਾ ਆਰਾਮਦਾਰੀ ਕੀ ਗੱਲ ਆ ਵੱਧ ਭਲਾਂ ਨਹੀਂ ਕੱਢਦਾ ਨਹੀਂ ਇੱਕ ਵਾਰ ਕੱਢੀ ਮਾਰੇ ਉੱਧਰ ਨਰਾਲੇ 'ਚ ਲੈ ਵੀ ਨਰਾਲੇ 'ਚ ਕੱਢ ਕੇ ਦਿਖਾਉਣਗੇ ਉਹਨੂੰ ਇਹ ਤਾਂ ਮੈਨੂੰ ਲੱਗਦਾ ਦੂਜਿਆਂ ਦੇ ਟੱਕਰਾਂ ਮਾਰਦਾ ਹੋਊਗਾ ਵੀ ਪਰਾਂ ਹੋ ਜਾਓ ਮੈਂ ਹੀ ਖਾਣਾ ਸਾਰਾ ਕੁਛ ਹੈ ਨਾ ਹਾਂ ਦੇਖ ਤਾਂ ਤਾਂ ਢਿੱਡ ਕੱਢਿਆ ਨੇ ਠੀਕ ਆ ਇਹਦਾ ਕੱਦ ਕਿੰਨਾ ਦੱਸਿਆ 44-45 ਇੰਚ 44 ਤੁਰਦਾ ਓਕੇ ਜਮਾ ਓਕੇ ਜਮਾ ਇੱਕ ਵਾਰ ਤੋਰ ਉੱਧਰ ਨੂੰ ਲੰਮਾ ਹੱਡ ਮਜ਼ਬੂਤ ਨੇ ਹੈ ਨਾ ਹੈਲੋ ਆਹ ਖੜਾ ਦੇ ਬਾਈ ਸਵਾਦ ਆ ਗਿਆ ਦੰਦ ਤਾਂ ਨਹੀਂ ਕਸੇਗੇ ਨਾ ਦੰਦ ਨਹੀਂ ਕਸੇ 6 ਦੰਦ ਹੀ ਆ ਜੀ 6 ਦੰਦ ਦਾ ਮੁੱਲ ਕੀ ਕਰੇਗਾ ਮੁੱਲ ਦਾ ਪਿਆ ਯਾਰ ਜੇ 6 ਦੰਦ ਕਰਦਾ ਬਾਈ ਹੋਰ ਵੱਧ ਸਕਦਾ ਕਰਦਾ ਵੱਧ ਵੀ ਸਕਦਾ ਖੁਰਾਕ ਦੇ ਸ਼ਰਤ ਹੈ ਬਾਈ ਅੱਛਾ ਹਾਂ ਠੀਕ ਹੈ ਖੁਰਾਕ ਤਾਂ ਲੈ ਹੋਰ ਵੀ ਵਧੀਆ ਚੰਗੀ ਖਾਂਦਾ ਹੋਊਗਾ ਨਾ ਲੈ ਵੀ ਇਹ ਹੈਗਾ ਮੱਝ ਦੇ ਵਰਗਾ ਵੋਕ ਹੈਗਾ ਜਿਹੇ ਜੀ ਮੱਝ ਖੜਾਤੀ ਜਿਹੇ ਜਿਹਾ ਇਹ ਖੜਾਤਾ ਇੱਕ ਬਰਾਬਰੀ ਹੈ ਕਹਾਣੀ ਨਾ ਇੱਕ ਬਰਾਬਰੀ ਲੈ ਬਾਕੀ ਸਾਹਮਣੇ ਫਰਕ ਕਿੰਨੇ ਬੋਕ ਹੋ ਗਏ 1-2-3 ਪੰਜ ਨੇ ਬਈ 4 ਬੈਠਾ ਕਾਲਾ ਬੋਕ ਪਰ ਰੱਖ ਉਹ ਚਾਰਾ ਘੱਟ ਮੁੱਲ ਵਾਲਾ ਲੱਗਦਾ ਨਾ ਜਿਹੜਾ ਸਾਈਡ ਜੀਤੇ ਹੋਇਆ ਬੈਠਾ ਹੈਗਾ ਠੰਡ ਮੰਨੀ ਬੈਠਾ ਖੜਾ ਹੋਇਆ ਭਰਾਵਾ ਐਂ ਤਾਂ ਤੇਰਾ ਮੁੱਲ ਵੀ ਨਹੀਂ ਲੱਗਣਾ ਹੈਗਾ ਤਾਂ ਭਾਰਾ ਯਾਰ ਦੇਖਣ ਨੂੰ ਉਹ ਲੱਗਦਾ ਨਾ ਇਹ ਹੋਊਗਾ 90-95 90-95 ਕਿਲੋ ਹੋਊਗਾ ਦੰਦਾਂ ਦਾ ਤਾਂ 8 ਦੀ ਹੋਊਗਾ ਨਾ 8 ਦੰਦਾਂ ਦਾ ਬਈ ਕੀ ਮੁੱਲ ਹੈ ਇਹਦਾ ਇਹਦਾ 30,000 ਰੁਪਏ ਇਹਦਾ 30,000 ਲੈ ਵੀ ਦੂਸਰੀ ਗੱਲ ਇਹ ਹੈ ਬਾਈ ਨੇ ਕਿਹਾ ਲੈਣ ਦੇਣ ਦੇ ਵਾਲੇ ਮੁੱਲ ਕਰੇ ਨੇ ਕੋਈ ਬਾਹਲਾ ਉਹ ਨਹੀਂ ਕਰਿਆ ਵੀ ਹਾਂ ਐਂ ਕਰਨਾ ਇੰਨਾ ਲੈਣਾ ਗਾ ਠੀਕ ਹੈ ਨਾ ਅਤੇ ਆਹ ਬੱਕਰੀ ਦਿਖਾ ਦਿਓ ਹੁਣ ਮੇਰਾ ਵੀਰ ਬਣ ਕੇ ਵੱਡੇ ਵੱਡੇ ਕੰਨ ਵਾਲੀ ਚੌੜੇ ਚੌੜੇ ਕੰਨ ਵਾਲੀ ਅਮਰਵੇਲ ਵਾਂਗੂ ਇਹਦੇ ਲੰਮੇ ਨੇ ਕੰਨ ਚੌੜੇ ਹੈਗੇ ਨੇ ਰੋਟਾ ਬੈਟਰ ਵਾਂਗੂ ਠੀਕ ਹੈ ਨਾ ਕੀ ਮੁੱਲ ਇਹਦਾ ਇਹਦਾ 35,000 ਰੁਪਏ ਦੰਦਾ ਨਹੀਂ ਕਿਵੇਂ ਦੰਦ 8 ਦੰਦਾ ਵੀ ਕੱਦ ਵੱਡ ਕਿੰਨਾ ਹੋਊਗਾ ਕੱਦ ਇਹਦਾ 37-38 ਇੰਚ ਸੂਣਾ ਕਦੋਂ ਇਹਨੇ ਬਸ 10-20 ਦਿਨ ਹੀ ਲੈਂਦੀ 10-20 ਦਿਨ ਠੀਕ ਹੈ ਪਹਿਲਾਂ ਕਿਹ ਸੂਏ ਲਾ ਕੇ ਆਉਣੇ ਚੌਥੇ ਸੂਏ ਸੂ ਬਈ ਚੌਥੇ ਠੀਕ ਕੀ ਲੱਗਦਾ ਵੀ ਬੱਕਰੀ ਹੈਗੀ 2-3 ਲੀਟਰ ਦੀ ਬੱਕਰੀ ਹੈਗੀ ਆ ਬਈ ਇੰਨਾ ਕੁ ਦਿੰਦੀ ਯਾਰ ਠੀਕ ਹੈ ਮੈਂ ਤਾਂ ਗੱਪ ਮਾਰਨ ਨੂੰ ਚਾਹੇ 5 ਲੀਟਰ ਕਹਦੇ ਠੀਕ ਹੈ ਲੱਗੇ ਤੇ ਕੁਛ ਕੁਛ ਮੁੱਲ ਲੱਗਿਆ ਮੁੱਲ ਤਾਂ ਲੱਗੀ ਨਾ ਲੈਂਥ ਵਧੀ ਆ ਨਾ ਯਾਰ ਲੈ ਲੈਂਥ ਵਾਹ ਵਧੀਆ ਜੀ ਕੋਈ ਘਾਟ ਨਹੀਂ ਕਿਸੇ ਪਾਸੋਂ ਵੀ ਚੰਗੀ ਬੱਕਰੀ ਹੈ ਜੀ ਕਈ ਵਾਰ ਕਿਸੇ ਨੇ ਖਰੀਦਣ ਲੈ ਵੀ ਨੰਬਰ ਕਿੰਨਾ ਬਾਈ 90-568 55-968 ਠੀਕ ਨਾ ਜੇ ਇਕੱਠੇ ਲੈਣੇ ਹੁਣ ਮੁੱਲ ਕਰ ਲਈ ਦੇ ਦਾਂਗੇ ਨਹੀਂ ਦੇ ਲਾਂਗੇ ਤੇ ਮਤਲਬ ਨਹੀਂ ਵੀ ਰੇਟ ਘਟਾਉਣਾ ਪਊਗਾ 40,000 ਵਾਲਾ ਰੇਟ ਘਟਾ ਲਿਓ ਯਾਰ ਹੁਣ ਹੈ ਫਿਰ ਕਿੱਥੋਂ ਮਿਲਣਗੇ ਤੈਨੂੰ ਬੱਕਰੇ ਕੌਣਸਾਂ ਤੋਂ ਤੇਰੇ ਕੋਲੋਂ ਮਿਲਣਗੇ ਇਹ ਕਿੱਥੇ ਜੇ ਪੈ ਜਾਂਦਾ ਕੌਣ ਆਹ ਤਾਪਾ ਮੰਡੀ ਕੋਲੇ ਆਹ ਤਾਪਾ ਮੰਡੀ ਕੋਲੇ ਇੱਥੇ ਜੀ ਆ ਹਾਂ ਹਾਂ ਇੱਥੇ ਤਾਪਾ ਮੰਡੀ ਇੱਥੇ ਤਾਂ ਮੋਟਰਸਾਈਕਲ ਖੜੇ ਨੇਗੇ ਠੀਕ ਹੈ ਚੰਗਾ ਬਾਈ ਲੈ ਵੀ ਨੰਬਰ ਬੋਲਤਾ ਜੇ ਕਿਸੇ ਨੂੰ ਜਿਹੜੀ ਚੀਜ਼ ਪਸੰਦ ਆਉਂਦੀ ਹੈ ਬੱਕਰੀ ਮੈਨੂੰ ਚੰਗੀ ਲੱਗੀ ਬੱਕਰੇ ਵੀ ਸੋਹਣੇ ਨੇਗੇ ਪੂਰੇ ਵਧੀਆ ਨੇ ਟੌਪ ਕੁਆਲਿਟੀ 'ਚ ਨੇ ਲੈ ਸਕਦੇ ਹੋਗੇ ਚੰਗਾ ਵੀਰੇ ਠੀਕ ਆ ਬਈ ਆ ਜਾਓ ਆ ਜਾਓ